ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰਾਂ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਅੱਜ ਤੋਂ ਦੇਸ਼ ਭਰ ਵਿੱਚ ਚੱਲਣਗੀਆਂ 80 ਨਵੀਆਂ ਸਪੈਸ਼ਲ ਟ੍ਰੇਨਾਂ ਜਾਨੋ ਸਫ਼ਰ ਕਰਨ ਤੋਂ ਪਹਿਲਾਂ ਦੇ ਨਵੇਂ ਨਿਯਮ ਸੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਹਿਲੀ ਹੀ ਖਬਰ ਭਾਰਤੀ ਰੇਲਵੇ ਨੇ ਅੱਜ 80 ਨਵੀਆਂ ਸਪੈਸ਼ਲ ਟ੍ਰੇਨਾਂ ਦੀ ਸ਼ੁਰੂ ਕਰ ਦਿੱਤੀਆਂ ਹਨ ਤੇ ਉਹਨਾਂ ਦੀ ਰਿਜ਼ਰਵੇਸ਼ਨ ਪ੍ਰਕਿਰਿਆ 10 ਸਤੰਬਰ ਤੋਂ ਸ਼ੁਰੂ ਹੋ ਗਈ ਸੀ ਤੇ ਹੁਣ ਇਹ ਰੇਲ ਗੱਡੀਆਂ ਇਸ ਵੇਲੇ ਚੱਲ ਰਹੀਆਂ ਹਨ 230 ਟ੍ਰੇਨਾਂ ਤੋਂ ਇਲਾਵਾ ਹੋਣਗੀਆਂ ਦੱਸ ਦਈਏ ਇਸ ਸਮੇਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦੇ ਸੰਚਾਲਨ ਦੀ ਨਿਗਰਾਨੀ ਕੀਤੀ ਜਾਏਗੀ ਜਿੱਥੇ ਵੀ ਟ੍ਰੇਨ ਦੀ ਮੰਗ ਅਤੇ ਇੰਤਜ਼ਾਰ ਸੂਚੀ ਹੋਵੇਗੀ ਅਸਲ ਰੇਲ ਤੋਂ ਪਹਿਲਾਂ ਕਲੌਨ ਰੇਲ ਗੱਡੀ ਚਲਾਈ ਜਾਵੇਗੀ ਯਾਤਰੀਆਂ ਨੂੰ ਇੰਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਜੀ ਸਾਰੀਆਂ ਗੱਡੀਆਂ ਪੂਰੀ ਤਰ੍ਹਾਂ ਰਾਖਮੀਆਂ ਹੋਣਗੀਆਂ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਰੇਲ ਗੱਡੀਆਂ ਵਿੱਚ ਕਰਨੀ ਚਾਹੀਦੀ ਹੈ ਤੁਹਾਨੂੰ 90 ਮਿੰਟ ਪਹਿਲਾਂ ਸਟੇਸ਼ਨ ਤੇ ਪਹੁੰਚਣਾ ਪਵੇਗਾ ਤਾਂ ਜੋ ਥਰਮਲ ਸਕਰੀਨਿੰਗ ਕੀਤੀ ਜਾ ਸਕੇ ਔਰ ਉਹ ਕਿਸੇਤੂ ਐਪ ਨੂੰ ਜ਼ਰੂਰ ਡਾਊਨਲੋਡ ਕੀਤਾ ਹੋਣਾ ਚਾਹੀਦਾ ਯਾਤਰਾ ਦੌਰਾਨ ਚਾਦਰ ਕੰਬਲ ਪਰਦੇ ਪ੍ਰਦਾਨ ਨਹੀਂ ਕੀਤੇ ਜਾਣਗੇ ਯਾਤਰਾ ਦੌਰਾਨ 마ਸਕ ਪੈਨਨੇ ਲਾਜ਼ਮੀ ਹੋਣਗੇ 230 ਸਪੈਸ਼ਲ ਰੇਲ ਗੱਡੀਆਂ ਚੱਲ ਰਹੀਆਂ ਹਨ ਤੇ 80 ਅੱਜ ਤੋਂ ਜਿਹੜੀਆਂ ਸ਼ੁਰੂ ਹੋ ਗਈਆਂ ਹਨ 900 ਸਰੋਤੇ ਵੀਰ ਲਿਖ ਸਕਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਿਹੜੇ ਰੂਟ ਤੋਂ ਗੱਡੀ ਚਲਾਉਣੀ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਰੂਟ ਜ਼ਰੂਰ ਲਿਖੋ ਡੀਐਸਪੀ ਕੇਸਰ ਸਿੰਘ ਨਹੀਂ ਰਹੇ ਫਿਰੋਜ਼ਪੁਰ ਸ਼ਹਿਰ ਤੂਸਾਨਤ ਫਿਰੋਜ਼ਪੁਰ ਸ਼ਹਿਰ ਦੇ ਤੂਸਾਨਤ ਡੀਐਸਪੀ ਕੇਸਰ ਸਿੰਘ ਦਾ ਦਿਹਾਂਤ ਹੋ ਗਿਆ ਕੇਸਰ ਸਿੰਘ ਦੀ ਮੌਤ ਬ੍ਰੇਨ ਹੈਮਰੇਜ ਕਾਰਨ ਹੋਈ ਆ ਅੱਜ ਸਵੇਰੇ 2:30 ਵਜੇ ਮੋਹਾਲੀ ਦੇ ਹਸਪਤਾਲ ਵਿਚ ਆਖਰੀ ਸਾਲ ਲਿਆ ਕੇਸਰ ਸਿੰਘ ਖਰੜ ਵਿੱਚ ਰਹਿੰਦੇ ਸਨ ਤੇ 1990 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਸਨ ਲੁਧਿਆਣਾ ਦੀ ਦਿਲ ਕੰਬਾਉ ਵਾਰਦਾਤ ਕਾਹੀ ਮਾਰ ਕੇ 14 ਸਾਲ ਦੇ ਮੁੰਡੇ ਦਾ ਕਤਲ ਥਾਣਾ ਮਿਹਰਬਾਨ ਅਧੀਨ ਆਉਂਦੇ ਪਿੰਡ ਕੰਡਿਆਨਾ ਕਲਾ ਦੀ ਬਸਤੀ ਬਾਜੀਗਰ ਚ ਉਸ ਸਮੇਂ ਦਿਲ ਕੰਬਾਉ ਵਾਰਦਾਤ ਵਾਪਰੀ ਜਦੋਂ ਇੱਕ 14 ਸਾਲ ਦੇ ਮੁੰਡੇ ਦੇ ਸਿਰ ਚ ਕਾਹੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਥਾਣਾ ਮਿਹਰਬਾਨ ਦੀ ਪੁਲਿਸ ਪੁੱਜੀ ਇਸ ਮੌਕੇ ਸੀ.ਏ.ਸੀ.ਪ. ਦਵਿੰਦਰ ਕੁਮਾਰ ਚੌਧਰੀ ਸਿੰਘ ਗੋਪੀ ਪੁੱਤਰ ਮੱਖਣ ਸਿੰਘ ਪਿੰਡ ਚ ਆਪਣੇ ਖੇਤ ਚ ਫਸਲ ਨੂੰ ਪਾਣੀ ਲਾ ਰਿਹਾ ਸੀ ਇਸ ਪਿੰਡ ਦੇ ਰਹਿਣ ਵਾਲਾ ਸਰੂਪਰਾਮ ਰੂਪਾ ਆ ਗਿਆ ਤੇ ਉਸਨੇ ਗੁਰਪ੍ਰੀਤ ਦੇ ਨਾਲ ਖੇਤ ਚ ਪਾਣੀ ਲਾਣ ਨੂੰ ਲੈ ਕੇ ਬਹਿਸ ਹੋਣ ਲੱਗੀ ਜਿਸ ਤੋਂ ਬਾਅਦ ਸਰੂਪਰਾਮ ਨੇ ਗੁਰਪ੍ਰੀਤ ਸਿੰਘ ਦੇ ਹੱਥ ਚ ਫੜੀ ਕਹੀ ਨੂੰ ਹੋ ਕੇ ਗੁਰਪ੍ਰੀਤ ਦੇ ਸਿਰ 'ਚੂ ਮਾਰ ਕੇ ਤਿੰਨ ਵਾਰ ਮਾਰੀ ਅਤੇ ਉਸ ਨੂੰ ਲਾਹੂ ਲਹਾਨ ਕਰਕੇ ਛੁੱਟ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ ਕੁਝ ਸਮੇਂ ਬਾਅਦ ਗੁਰਪ੍ਰੀਤ ਦਾ ਇੱਕ ਰਿਸ਼ਤੇਦਾਰ ਉੱਥੇ ਆਇਆ ਤਾਂ ਦੇਖਿਆ ਖੂਨ ਨਾਲ ਲਤਪੱਠ ਏਥਾਂ ਡਿੱਗਾ ਪਿਆ ਸੀ ਜਿਸ ਨੇ ਰੋਲਾ ਪਾ ਕੇ ਲੋਕਾਂ ਨੂੰ ਉੱਥੇ ਬੁਲਾਇਆ ਤੇ ਉੱਥੋਂ ਹਸਪਤਾਲ ਲੈ ਕੇ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ ਦੇਸ਼ 'ਚ ਹਰ ਦਿਨ ਵੱਧ ਰਿਹਾ ਕੋਰੋਨਾ ਦਾ ਗ੍ਰਾਫ 24 ਘੰਟਿਆਂ 'ਚ 97570 ਨਵੇਂ ਮਾਮਲੇ 1000 201 ਮੌਤਾਂ ਦੇਸ਼ ਦੇ ਵਿੱਚ ਕਰੋਨਾ ਵਾਇਰਸ ਆਪਣਾ ਗੰਭੀਰ ਅਸਰ ਦਿਖਾ ਰਿਹਾ ਸਭ ਕੁਝ ਅਨਲੌਕ ਹੋਣ ਤੋਂ ਬਾਅਦ ਵੀ ਸੰਕਰਮਣ ਦਾ ਸੰਕਟ ਆਊਟ ਆਫ ਕੰਟਰੋਲ ਹੋ ਗਿਆ ਹੈ ਦੇਸ਼ ਦੇ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 46 ਲੱਖ ਨੂੰ ਪਾਰ ਕਰ ਗਿਆ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕਰੋਨਾ ਦੇ ਰਿਕਾਰਡ 97570 ਨਵੇਂ ਮਰੀਜ਼ ਮਿਲੇ ਹਨ ਜਦਕਿ 1201 ਮਰੀਜ਼ਾਂ ਦੀ ਮੌਤ ਹੋ ਗਈ ਆ ਹੁਣ ਤੱਕ 46,59,885 ਲੋਕ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਦੇ ਅਨੁਸਾਰ ਦੇਸ਼ ਦੇ ਵਿੱਚ ਇਸ ਵੇਲੇ ਕਰੋਨਾ ਦੇ 9,58,316 ਐਕਟਿਵ ਕੇਸ ਹਨ ਹੁਣ ਤੱਕ 77,472 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਇਸ ਵਾਇਰਸ ਦੀ ਲਾਗ ਨਾਲ ਹੁਣ ਤੱਕ 36,24,197 ਵਿਅਕਤੀ ਠੀਕ ਵੀ ਹੋ ਚੁੱਕੇ ਹਨ ਅੱਜ ਫਿਰ ਸਸਤਾ ਹੋਇਆ ਪੈਟਰੋਲ ਡੀਜ਼ਲ ਸੋ ਵੱਡੀ ਖਬਰ ਹੈ ਖਬਰ ਦੇ ਵੱਲ ਰੁੱਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਦੋਸਤੋ ਜ਼ਰੂਰ ਕਰਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਆਪਾਂ ਇਸ ਵੀਡੀਓ ਨੂੰ 2000 ਦੇ ਲਾਈਕ ਤੇ ਲੈ ਕੇ ਜਾਣਾ ਸਾਰੇ ਸਰੋਤੇ ਵੀਰ ਜਲਦੀ ਜਲਦੀ ਲਾਈਕ ਕਰ ਦੇਣਾ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਜਿਸ ਉਹ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ ਜਦੋਂ ਕਿ ਵੀਰਵਾਰ ਨੂੰ ਡੀਜ਼ਲ ਅਤੇ ਪੈਟਰੋਲ ਦੋਵੇਂ ਸਸਤੇ ਹੋਏ ਅੱਜ ਪੈਟਰੋਲ ਦੀ ਕੀਮਤ ਵਿੱਚ 13 ਪੈਸੇ ਕਮੀ ਆਈ ਹੈ ਜਿਸ ਦੇ ਕਰਕੇ ਇਸ ਦੀ ਕੀਮਤ 81 ਰੁਪਏ 86 ਪੈਸੇ ਪ੍ਰਤੀ ਲੀਟਰ ਹੋ ਗਈ ਹੈ ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਦੇ ਵਿੱਚ ਵੀ 12 ਪੈਸੇ ਪ੍ਰਤੀ ਲੀਟਰ ਦੀ ਕੀਮਤ ਆਈ ਹੈ ਤੇ ਡੀਜ਼ਲ ਦੀ ਕੀਮਤ 72 ਰੁਪਏ 93 ਪੈਸੇ ਪ੍ਰਤੀ ਲੀਟਰ ਤੇ ਪਹੁੰਚ ਗਈ ਹੈ ਦੱਸ ਦਈਏ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਸਤੀਆਂ ਕੀਤੀਆਂ ਜਾ ਰਹੀਆਂ ਹਨ ਕੋਵਿਡ-19 ਦੇ ਫੈਲਣ ਕਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਹਾਲੇ ਚੀਜ਼ਾਂ ਆਮ ਨਹੀਂ ਹਨ ਇਸ ਕਮੇ ਕੱਚੇ ਤੇਲ ਦੀ ਮਾਰਕੀਟ ਵਿੱਚ ਸਸਤੀ ਸੁਸਤੀ ਛਾਈ ਹੋਈ ਹੈ ਜਿਸ ਦਾ ਅਸਰ ਘਰੇਲੂ ਮਾਰਕੀਟ ਤੇ ਵੀ ਦਿਖਾਈ ਦੇ ਰਿਹਾ ਹੈ ਪੰਜਾਬ ਪਰਦੇ ਟੈਂਟ ਡੀਲਰਾਂ ਵੱਲੋਂ 15 ਅਤੇ 16 ਨੂੰ ਬੰਦ ਦਾ ਸੱਦਾ ਪੰਜਾਬ ਟੈਂਟ ਡੀਲਰ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਲੁਧਿਆਣਾ ਵਿਖੇ ਹੋਈ ਇਸ ਦੌਰਾਨ ਸੂਬਾ ਪ੍ਰਧਾਨ ਐਸਐਸ ਮੱਕੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ ਅਤੇ ਜ਼ਿਲ੍ਹਾ ਪ੍ਰਧਾਨ ਰਾਜ ਅਗਰਵਾਲ ਨੇ ਐਲਾਨ ਕੀਤਾ ਕਿ 15 ਅਤੇ 16 ਸਤੰਬਰ ਨੂੰ ਪੰਜਾਬ ਭਰ ਬੰਦ ਰੱਖਿਆ ਜਾਵੇਗਾ ਜਿਸ ਦੇ ਤਹਿਤ 15 ਅਤੇ 16 ਸਤੰਬਰ ਨੂੰ ਰੋਸ ਰੈਲੀ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਦੱਸਿਆ ਕਿਉਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਾਦਾ ਮੌਤਾਂ ਸੋ ਦੋਸਤੋ ਤੁਸੀਂ ਵੀ ਧਿਆਨ ਦੇ ਨਾਲ ਇਸ ਖਬਰ ਨੂੰ ਸੁਨਣਾ ਤੇ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜਾਂ ਨੋ ਦੇ ਨਾਲ ਦੇਣੀ ਹੈ ਟਿੱਪਣੀ ਵੀ ਤੁਸੀਂ ਆਪਣੇ ਮਾਣਾਈ ਕਰ ਸਕਦੇ ਹੋ ਪੰਜਾਬ ਚ ਕਰੋਨਾ ਭਿਆਨਕ ਹੁੰਦਾ ਜਾ ਰਿਹਾ ਆਏ ਦਿਨ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਆ ਇਸ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਲੈਵਲ 2 ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਕਿਉਂਕਿ ਜਦੋਂ ਲੈਵਲ 1 ਚ ਲੋਕ ਬਿਮਾਰ ਹੁੰਦੇ ਹਨ ਤਾਂ ਉਹ ਡਾਕਟਰ ਕੋਲ ਇਲਾਜ ਕਰਵਾਉਣ ਨਹੀਂ ਜਾਂਦੇ ਜੇਕਰ ਉਹ ਡਾਕਟਰ ਕੋਲ ਇਲਾਜ ਕਰਵਾਉਣ ਜਾਂ ਤਾਂ ਉਹ ਠੀਕ ਹੋ ਜਾਂਦੇ ਹਨ ਤੇ ਇਸ ਦੇ ਨਾਲ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਿਹਤ ਸੰਬੰਧੀ ਕੋਈ ਤਕਲੀਫ ਹੁੰਦੀ ਆ ਤਾਂ ਤੁਸੀਂ ਡਾਕਟਰ ਕੋਲੇ ਜ਼ਰੂਰ ਜਾਓ ਨਹੀਂ ਤਾਂ ਹਾਲਾਤ ਹੋਰ ਜ਼ਿਆਦਾ ਵਿਗੜ ਜਾਣਗੇ 21 ਸਤੰਬਰ ਤੋਂ ਫਿਰ ਖੁੱਲਣਗੇ ਆਇਲੈਂਡਸ ਅਤੇ ਇਮੀਗ੍ਰੇਸ਼ਨ ਸੈਂਟਰ ਸਰਕਾਰ ਨੇ ਦਿੱਤੀ ਮਨਜ਼ੂਰੀ ਸੋ ਆਇਲੈਂਡਸ ਸੈਂਟਰ ਖੋਲਣ ਲਈ ਵੱਡੀ ਖੁਸ਼ਖਬਰੀ ਆ ਜੀ ਜੇਕਰ ਤੁਸੀਂ ਸਾਨੂੰ ਇਹ ਖਬਰ ਸੁਣ ਕੇ ਖੁਸ਼ੀ ਹੋਈ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਮਾਲਵਾ ਜੋਣ ਦੇ ਆਇਲੈਂਡਸ ਅਤੇ ਇਮੀਗ੍ਰੇਸ਼ਨ ਸੈਂਟਰ ਮਾਲਕਾਂ ਦੇ ਵੱੰਦੋਂ ਕੇਂਦਰ ਸਰਕਾਰ ਦਾ ਧੰਨਵਾਦ ਪੰਜਾਬ ਸਰਕਾਰ ਤੋਂ ਵੀ ਗਾਈਡਲਾਈਨਜ਼ ਜਲਦ ਜਾਰੀ ਕਰਨ ਦੀ ਮੰਗ ਪੰਜਾਬ ਸਰਕਾਰ ਨੇ ਕੋਈ ਅੜਿੱਕਾ ਲਾਇਆ ਤਾਂ ਹੋਰ ਬਰਦਾਸ਼ਤ ਨਹੀਂ ਕਰਾਂਗੇ। ਵਿਦੇਸ਼ ਜਾਣ ਲਈ ਕਾਹਲੀ ਨੌਜਵਾਨ ਪੀੜੀ ਦੇ ਸੁਪਨਿਆਂ ਨੂੰ ਸਕਾਰ ਕਰਨ ਚੱਲ ਲੱਗੇ ਹੋਏ ਆਈਲੈਂਡਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਖੋਲਣ ਲਈ ਕੇਂਦਰ ਸਰਕਾਰ ਦੁਆਰਾ ਦਿੱਤੀ ਹਰੀ ਚੰਡੀ ਦੇ ਨਾਲ ਜਿੱਥੇ ਆਈਲੈਂਡਸ ਅਤੇ ਇਮੀਗ੍ਰੇਸ਼ਨ ਸੈਂਟਰ ਵਾਲਿਆਂ ਨੇ ਕਰੀਬ 6 ਮਹੀਨੇ ਤੋਂ ਉਦਾਸ ਜਿਹਿਆਂ ਤੇ ਇੱਕ ਵਾਰ ਫਿਰ ਰੌਣਕ ਪਰਤਾਈਆ ਉੱਥੇ ਹੀ ਵਿਦੇਸ਼ ਜਾਣ ਦੀਆਂ ਟੁੱਟੀਆਂ ਉਮੀਦਾਂ ਦੇ ਨਾਲ ਜ਼ਿੰਦਗੀ ਨੂੰ ਬੋਝ ਦੀ ਤਰ੍ਹਾਂ ਜੀ ਰਹਿ ਨੌਜਵਾਨਾਂ ਦੇ ਆਸ ਦੀ ਕਿਰਨ। ਫਿਰ ਜਾਗਪੀਆ ਕੇਂਦਰ ਸਰਕਾਰ ਦੇ ਐਲਾਨ ਦੇ ਮੁਤਾਬਕ 21 ਸਤੰਬਰ ਤੋਂ ਦੇਸ਼ ਪਾਰੰਦਰ ਆਈਲੈਂਡਸ ਤੇ ਇਮੀਗ੍ਰੇਸ਼ਨ ਸੈਂਟਰ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਆ ਤੇ ਕੇਂਦਰ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਬਾਦ ਦੁਪਹਿਰ ਆਈਲੈਂਡਸ ਤੇ ਇਮੀਗ੍ਰੇਸ਼ਨ ਮਾਲਵਾ ਜੋਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਬਰਨਾਲਾ ਦੇ ਡੀ ਐਚ ਹੋਟਲ ਦੇ ਵਿੱਚ ਇੱਕ ਮੀਟਿੰਗ ਕੀਤੀ ਉਹਨਾਂ ਨੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਬਲਜੀਤ ਸਿੰਘ ਖੀਵਾ ਨੇ ਕਿਹਾ ਇਹ ਕੇਂਦਰ ਸਰਕਾਰ ਵੱਲੋਂ 21 ਸਤੰਬਰ ਤੋਂ ਆਈਲੈਂਡਸ ਕੋਲਨ ਲਈ ਧੰਨਵਾਦ ਕੀਤਾ ਉਹਨਾਂ ਨੇ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਮਹਾਮਾਰੀ ਨੇ ਭਾਵੇਂ ਹਰ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਆਰਥਿਕ ਪੱਖੋਂ ਲੱਕ ਤੋੜ ਦਿੱਤਾ ਪਰੰਤੂ ਆਈਲੈਂਡਸ ਤੇ ਇਮੀਗ੍ਰੇਸ਼ਨ ਖੇਤਰ ਚ ਕੰਮ ਕਰਨ ਵਾਲਿਆਂ ਨੂੰ ਇਸ ਦਾ ਸਭ ਤੋਂ ਵੱਧ ਨੁਕਸਾਨ ਜਿਹੜਾ ਝੱਲਣਾ ਪਿਆ ਹੈ ਉਧਰ ਉਹਨਾਂ ਨੇ ਕਿਹਾ ਜੀ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੇ ਜੇਕਰ 6 ਮਹੀਨਿਆਂ ਦੇ ਅੰਦਰ ਬੜੀਆਂ ਆਰਥਿਕ ਮੁਸ਼ਕਲਾਂ ਆ ਹਨ ਤੇ ਬੰਦ ਪਏ ਸੈਂਟਰਾਂ ਦੇ ਲੱਖਾਂ ਰੁਪਏ ਕਿਰਾਏ ਦੇ ਦਿੱਤੇ ਹਨ ਤੇ ਹੁਣ ਬਸ ਹੋ ਚੁੱਕੀ ਆ ਉਹਨਾਂ ਨੇ ਪੱਤਰਕਾਰਾਂ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਜੇਕਰ ਪੰਜਾਬ ਸਰਕਾਰ 21 ਸਤੰਬਰ ਤੋਂ ਆਈਲੈਂਡਸ ਦੇ ਇਮੀਗ੍ਰੇਸ਼ਨ ਸੈਂਟਰਾਂ ਚ ਬਿਨਾਂ ਕੋਈ ਵਜ੍ਹਾ ਦੇਰੀ ਕੀਤੀ ਤਾਂ ਫਿਰ ਉਸ ਦੀ ਭੋਖੜਤਾ ਜਾਂ ਮਰਨ ਵਰਤ ਵਰਗਾ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਰਹਿ ਹੋਣਗੇ ਮਾਤਮ ਚ ਬਦਲੀਆਂ ਖੁਸ਼ੀਆਂ ਪੁੱਤ ਦੇ ਵਿਆਹ ਨੂੰ ਕਾਰਡ ਵੰਡਣ ਜਾ ਰਹੇ ਪਿਓ ਦੀ ਸੜਕ ਹਾਦਸੇ ਚ ਮੌਤ ਸਬ ਡਿਵੀਜ਼ਨ ਤਲਵੰਡੀ ਸਾਬੂ ਪਿੰਡ ਲੇਲੇਵਾਲਾ ਚ ਇੱਕ ਵਿਅਕਤੀ ਆਪਣੇ ਪੁੱਤਰ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਪਣੇ ਘਰ ਆਉਂਦੇ ਸਮੇਂ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬ ਦੇ ਪੰਜਾਬ ਚ ਬਿਜਲੀ ਦੇ ਵਾਧੂ ਬਿੱਲਾਂ ਬਾਰੇ ਕੈਪਟਨ ਦਾ ਅਹਿਮ ਐਲਾਨ ਸੋ ਦੋਸਤੋ ਵੱਡੀ ਖਬਰ ਆ ਪੰਜਾਬ ਦੇ ਵਿੱਚ ਮਹਾਮਾਰੀ ਫੈਲਣ ਕਰਕੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ باوجود ਦੇ ਸਰਕਾਰ ਵੱਲੋਂ ਜਨਤਾ ਕੋਲੋਂ ਬਿਜਲੀ ਦੇ ਬਿੱਲ ਵਸੂਲੇ ਗਿਆ ਤੇ ਇਸ ਦਰਾਂ ਆਮ ਜਨਤਾ ਨੇ ਦੋਸ਼ ਲਾਇਆ। कि ਉਹਨਾਂ ਨੂੰ ਬਿਜਲੀ ਦੇ ਵਾਧੂ ਬਿੱਲ ਆ ਰਹੇ ਹਨ ਸੋ ਇਸ ਤੇ ਸਪਸ਼ਟੀ ਕਰਨ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਵੱਡੀ ਜਾਣਕਾਰੀ ਦਿੱਤੀ ਹੈ ਜਿਸ ਦੀ ਇੱਕ ਖਾਸ ਵੀਡੀਓ 2 ਮਿੰਟ ਦੀ ਬਣਾ ਕੇ ਚੈਨਲ ਤੇ ਪਾ ਦਿੱਤੀ ਗਈ ਆ ਆਈ ਬਟਨ ਤੇ ਲਿੰਕ ਆ ਕਲਿੱਕ ਕਰਕੇ ਦੇਖ ਲਓ ਤੁਸੀਂ ਚੈਨਲਸ ਵੀਡੀਓਸ ਤੇ ਜਾ ਕੇ ਵੀ ਦੇਖ ਸਕਦੇ ਹੋ ਮੁੱਖ ਮੰਤਰੀ ਕੈਪ ਨੇ ਕੈਪਟਨ ਤੋਂ ਸਵਾਲ ਪ੍ਰੋਗਰਾਮ ਦੌਰਾਨ ਮਹੱਤਵਪੂਰਨ ਮੁੱਦਿਆਂ ਤੇ ਕੀਤੀ ਗੱਲਬਾਤ ਉਹਨਾਂ ਨੇ ਦੱਸਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਵਿਭਾਗਾਂ ਵਿੱਚ 1 ਲੱਖ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ 50 ਹਜ਼ਾਰ ਅਹੁਦਿਆਂ ਤੇ ਭਰਤੀ ਦਾ ਪ੍ਰਸਤਾਵ ਜਲਦੀ ਮੰਤਰੀ ਮੰਡਲ ਵਿੱਚ ਪੇਸ਼ ਕੀਤਾ ਜਾਵੇਗਾ ਬਾਕੀ 50 ਹਜ਼ਾਰ ਅਹੁਦੇ ਅਗਲੇ ਸਾਲ ਭਰੇ ਜਾਣਗੇ ਕੈਪਟਨ ਨੇ ਆਪਣੇ ਫੇਸਬੁੱਕ ਪ੍ਰੋਗਰਾਮ 'ਚ ਸਵਾਲਾਂ ਦੇ ਜਵਾਬ ਦੌਰਾਨ ਇਹ ਗੱਲ ਕਹੀ ਉਹਨਾਂ ਨੇ ਕਿਹਾ ਜੀ ਛੋਟੀ ਟਰਾਂਸਪੋਰਟ ਕੰਪਨੀ ਦੇ ਡਰਾਈਵਰਾਂ ਨੂੰ ਅਪੀਲ ਦਾ ਜਵਾਬ ਦਿੰਦੇ ਹੋਏ ਭਰੋਸਾ ਦਿੱਤਾ ਕਿ ਡੀਸੀ ਰੇਟਾਂ ਦੇ ਮੁਤਾਬਕ ਹੀ ਤਨਖਾਹ ਦਿੱਤੀ ਜਾਵੇਗੀ ਇਹਨਾਂ ਨੂੰ ਹਰ ਇੱਕ ਸਹੂਲਤ ਵੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਖਬਰ ਆ ਜੀ ਮੋਦੀ ਵੱਲੋਂ ਇੱਕ ਦੇਸ਼ ਇੱਕ ਰਾਸ਼ਨ ਕਾਰਡ ਸਕੀਮ ਨੂੰ ਦਿੱਤਾ ਅੰਤਮ ਰੂਪ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਦੇਸ਼ ਇੱਕ ਰਾਸ਼ਨ ਕਾਰਡ ਸਕੀਮ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ ਇਹ ਸਕੀਮ ਜਿੱਥੇ ਭਾਰਤ ਦੇ 26 ਸੂਬਿਆਂ ਦੇ ਵਿੱਚ ਲਾਂਚ ਕੀਤੀ ਗਈ ਹੈ ਉਸੇ ਹੀ ਇਸ ਦੌਰਾਨ ਨੈਸ਼ਨਲ ਫੂਡ ਸਕਿਉਰਟੀ ਐਕਟ 2013 ਦੇ ਅੰਦੀਨ ਭਾਰਤ ਅੰਦਰ ਬਣੇ 82 ਕਰੋੜ ਕਾਰਡ ਧਾਰਕਾਂ ਨੂੰ ਬਾਇਓਮੈਟ੍ਰਿਕ ਮਸ਼ੀਨ ਦੇ ਰਾਹੀਂ ਇਸ ਸਕੀਮ ਦਾ ਲਾਭ ਮਿਲਣ ਜਾ ਰਿਹਾ ਜੋ ਕਿ ਜਨਤਕ ਖਵੰਡ ਪ੍ਰਣਾਲੀ ਅਧੀਨ ਪੀ ਡੀ ਐਸ ਰਾਹੀਂ ਕੰਮ ਕਰ ਰਿਹਾ ਹੈ ਦੇਸ਼ ਦੇ 6 ਲੱਖ ਡੀਪੂ ਹੋਲਡਰਾਂ ਦੇ ਕੋਲੋਂ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਆਪਣਾ ਸਸਤਾ ਅਨਾਜ ਪ੍ਰਾਪਤ ਕਰ ਸਕਣਗੇ ਪੰਜਾਬ ਦੇ ਅੰਦਰ ਵੀ ਇੱਕ ਦੇਸ਼ ਇੱਕ ਰਾਸ਼ਨ ਕਾਰਡ ਲਾਗੂ ਹੋ ਗਿਆ ਹੈ ਪੰਜਾਬ 'ਚ ਹੁਣ ਕਿਸੇ ਵੀ ਡੀਪੂ ਤੋਂ ਰਾਸ਼ਨ ਲੈ ਲੈ ਸਕੋਗੇ ਕੈਪਟਨ ਨੇ ਲਾਂਚ ਕੀਤੀ ਸਮਾਰਟ ਰਾਸ਼ਨ ਕਾਰਡ ਸਕੀਮਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸੂਬੇ ਦੇ ਵਿੱਚ 1.41 ਕਰੋੜ ਲਾਭਪਾਤਰੀਆਂ ਨੂੰ ਫਾਇਦਾ ਪਹੁੰਚਾਉਣ ਵਾਲੀ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ। ਇਸ ਨਾਲ ਇੱਕ ਵੱਖਰੀ ਸਕੀਮ ਦਾ ਐਲਾਨ ਵੀ ਕੀਤਾ ਜਿਸ ਦੇ ਤਹਿਤ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਹੇਠਾਂ ਕਵਰ ਹੋਣ ਵਾਲੇ 9 ਲੱਖ ਲਾਭਪਾਤਰੀਆਂ ਨੂੰ ਸਬਸਿਡੀ ਉੱਤੇ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸ ਦੀ ਫੰਡ ਸੂਬਾ ਸਰਕਾਰ ਦੇਵੇਗੀ। ਜਿਹੜੇ-ਜਿਹੜੇ ਸਰੋਤੇ ਵੀਰਾਂ ਨੂੰ ਸਮਾਰਟ ਰਾਸ਼ਨ ਕਾਰਡ ਪਹੁੰਚ ਚੁੱਕੇ ਹਨ ਕਮੈਂਟ ਸੈਕਸ਼ਨ 'ਚ ਯੈਸ ਲਿਖਣ, ਬਾਕੀ ਨੋ ਲਿਖ ਸਕਦੇ ਹਨ। ਸੂਬੇ ਦੇ ਵਿੱਚ 100 ਵੱਖ-ਵੱਖ ਰੀਆਂ ਥਾਵਾਂ ਦੇ ਉੱਤੇ ਵਰਚੁਅਲ ਢੰਗ ਦੇ ਨਾਲ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਸਕੀਮ ਦੇ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਵੇਗੀ ਤੇ ਲਾਭਪਾਤਰੀਆਂ ਨੂੰ ਕਿਸੇ ਵੀ ਡਿਪੂ ਤੋਂ ਰਾਸ਼ਨ ਦੀ ਖਰੀਦ ਕਰਨ ਦੀ ਖੁੱਲ ਹੋਵੇਗੀ। ਭਗਵੰਤ ਮਾਨ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਮੂਡ 'ਚ ਪੰਜਾਬ ਦੀ ਰਾਜਨੀਤੀ ਤੋਂ ਇਸ ਵਾਰ ਨਵੀਆਂ ਸਫਬੰਦੀਆਂ ਤੇ ਨਵੇਂ ਚਿਹਰਿਆਂ ਦੇ ਭਾਰੂ ਰਹਿਣ ਦੀ ਆਸਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ ਰਾਜਸੀ ਸਰਗਰਮੀਆਂ ਆਰੰਭ ਦਿੱਤੀਆਂ ਹਨ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾਈ ਕਨਵੀਨਰ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਚੋਣਾਂ ਚ ਆਪਣੀ ਕਿਸਮਤ ਆ ਜਮਾਉਂਦੀਆਂ ਵਿਆਉਂਤਾ ਬਣਾਉਣੀਆਂ ਆਰੰਭ ਦਿੱਤੀਆਂ ਹਨ ਪਾਰਟੀ ਅੰਦਰਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਭਗਵੰਤ ਮਾਨ ਵੱਲੋਂ ਇਸ ਨਾ ਵਿਧਾਨ ਸਭਾ ਦੇ ਵਿੱਚ ਚੋਣ ਲੜਨ ਦੀ ਪੂਰੀ ਤਿਆਰੀ ਚੱਲ ਰਹੀ ਆ ਮਾਨ ਨੇ ਵੱਖ-ਵੱਖ ਹਲਕਿਆਂ ਦੇ ਨਕਸ਼ੇ ਬਣਾ ਲਏ ਹਨ ਉਹ ਲੋਕ ਸਭਾ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਿਆਂ ਚੋਂ ਕਿਸੇ ਇੱਕ ਤੇ ਚੋਣ ਲੜ ਸਕਦੇ ਹਨ ਤੇ ਪਾਰਟੀ ਹਾਈ ਕਮਾਂਡ ਭਾਵੇਂ ਭਗਵੰਤ ਮਾਨ ਨੂੰ ਵਿਰੋਧ ਸਭਾ ਵਿਧਾਨ ਸਭਾ ਚੋਂ ਚੋਣ ਵਿਚ ਉਤਰਨ ਲਈ ਫਿਲਹਾਲ ਰਾਜੀ ਨਹੀਂ ਪਰ ਭਗਵੰਤ ਮਾਨ ਵੱਲੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਜਾ ਰਹੀ ਹੈ। ਕੈਪਟਨ ਨੂੰ ਸਵਾਲ ਪੰਜਾਬ ਚ ਪ੍ਰਮਾਣਿਤ ਵਿਕਰੇਤਾ ਰਾਹੀਂ 514 ਰੁਪਏ ਦੇ ਆਕਸੀਮੀਟਰ ਮੁਹੱਈਆ ਕਰਵਾਏ ਜਾਣਗੇ। ਪੂਰੀ ਡਿਟੇਲ ਵਾਲੀ ਜਿਹੜੀ ਇਹ ਵੀਡੀਓ ਚੈਨਲ ਤੇ ਅਪਲੋਡ ਕਰ ਦਿੱਤੀ ਗਈ ਹੈ ਜੀ ਆਈ ਬਟਨ ਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਉਸ ਤੋਂ ਬਾਅਦ ਪੰਥਕ ਸ਼ਖਸ਼ੀਅਤਾਂ ਵਿਰੁੱਧ ਅਸભ્યਕ ਸ਼ਬਦਾਵਲੀ ਮੰਨਾਂ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਇਸ ਵੇਲੇ ਦੀ ਵੱਡੀ ਖਬਰ ਐ ਐਸਜੀਪੀਸੀ ਨੇ ਬਿਆਨ ਦਿੱਤਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਦੀਪ ਸਿੰਘ ਮੰਨਾ ਵੱਲੋਂ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਖਿਲਾਫ ਵਰਤੀ અપਮਾਨਜਨਕ ਸ਼ਬਦਾਵਲੀ ਦਾ ਸਖਤ ਨੋਟਿਸ ਲੈਂਦੇ ਆ ਉਸ ਨੂੰ ਸੱਭਿਆਕਦਾਰੇ ਦੇ ਅੰਦਰ ਰਹਿਣ ਦੀ ਨਸੀਹਤ ਦਿੱਤੀ ਆ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕਲਵਿੰਦਰ ਸਿੰਘ ਰਾਮਦਾਸ ਨੇ ਇੱਕ ਬਿਆਨ ਜਾਰੀ ਵਿੱਚ ਆਖਿਆ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਮਨਦੀਪ ਸਿੰਘ ਮੰਨਾ ਆਪਣੇ ਆਪ ਨੂੰ ਚਰਚਿਤ ਕਰਨਾ ਚਾਹੁੰਦੇ ਹਨ ਇਸ ਦੌਰਾਨ ਉਹ ਭੁੱਲ ਰਹੇ ਹਨ ਕਿ ਜਿਹੜੀਆਂ ਗੱਲਾਂ ਉਹ ਲੋਕਾਂ ਤੱਕ ਪਹੁੰਚਾ ਰਹੇ ਹਨ ਉਹ ਸੱਭਿਆਕ ਸਮਾਜ ਦਾ ਹਿੱਸਾ ਨਹੀਂ ਹਨ ਕਿਸੇ ਵਿਰੁੱਧ ਅਸੱਭਿਅਕ ਸ਼ਬਦਾਵਲੀ ਵਰਤਨਾ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਜਿਸ ਨੂੰ ਸਮਾਜ ਪ੍ਰਸਾਣ ਨਹੀਂ ਕਰਦਾ ਉਹਨਾਂ ਨੇ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਤੇ ਜਾਂਚ ਰਿਪੋਰਟ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਕਾਰਵਾਈ ਕੀਤੀ ਗਈ ਪਰੰਤੂ ਮੰਨਾ ਵਰਗੇ ਲੋਕ ਸੋਸ਼ਲ ਮੀਡੀਆ ਤੇ ਆਪਣੀ ਪਬਲਿਸਿਟੀ ਲਈ ਸਿੱਖ ਸੰਸਥਾ ਦੇ ਅਹੁਦੇਦਾਰਾਂ ਵਿਰੁੱਧ ਗਲਤ ਬਿਆਨਬਾਜ਼ੀ ਕਰ ਰਹੇ ਹਨ BSF ਵੱਲੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਸਰਚ ਮੁਹਿੰਮ ਜਾਰੀ ਫਿਰੋਜ਼ਪੁਰ ਤੋਂ ਖਬਰ ਆ ਰਹੀ ਹੈ ਜੀ BSF ਨੇ ਭਾਰਤ ਪੰਜਾਬ 'ਚੋਂ ਭਾਰਤ-ਪਾਕਿਸਤਾਨ ਬਾਰਡਰ ਦੇ ਰਸਤੇ ਹਥਿਆਰਾਂ ਦੀ ਸਮਗਲਿੰਗ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ ਕਈ ਹਥਿਆਰ ਬਰਾਮਦ ਕੀਤੇ ਹਨ ਅਬੋਰ 'ਚੋਂ BSF ਦੀ ਟੁਕੜੀ ਨੇ ਹਥਿਆਰਾਂ ਦੀ ਖੇਫੜੀ ਜਿਸ ਨੂੰ ਬਾਰਡਰ ਦੇ ਰਸਤੇ ਭਾਰਤ 'ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹੁਣ BSF ਆਸ-ਪਾਸ ਦੇ ਇਲਾਕੇ ਲੱਭਣ ਲੱਗੀ ਆ ਕੋਈ ਸਮਗਲਰਾਂ ਦੇ ਸੁਰਾਗ ਮਿਲ ਸਕਣ ਉਸ ਤੋਂ ਬਾਅਦ ਅਗਲੀ ਖਬਰ ਹੈ ਜੀ ਟਰੈਕਟਰ ਵਰਕਸ਼ਾਪ ਚ ਲੱਗੀ ਭਿਆਨਕ ਅੱਗ 60 ਲੱਖ ਦੇ ਟਰੈਕਟਰ ਸਵਾ ਪੰਜਾਬ ਦੇ ਜਲੰਧਰ ਚ ਮਲਸਈਆ ਰੋਡ ਤੇ ਸ਼ਾਹਕੋਟ ਦੀ ਇੱਕ ਟਰੈਕਟਰ ਏਜੰਸੀ ਦੀ ਵਰਕਸ਼ਾਪ ਚ ਭਿਆਨਕ ਅੱਗ ਨੇ ਘੇਰ ਲਿਆ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਕੀਮਤ ਦੇ 10 ਟਰੈਕਟਰ ਸੜ ਕੇ ਸਵਾ ਹੋ ਗਏ ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਏਜੰਸੀ ਅੰਦਰ ਰੋਜ਼ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ ਅਚਾਨਕ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ कोरोना आफ्त दौरान ਇਹ ਬੈਂਕ ਦੇਵੇਗਾ ਰੋਜ਼ਗਾਰ ਵੱਡੇ ਪੱਧਰ ਤੇ ਕਾਮਿਆਂ ਨੂੰ ਕਰੇਗਾ ਭਰਤੀ ਪੇਂਡੂ ਖੇਤਰਾਂ ਵਿੱਚ ਪਹੁੰਚ ਵਧਾਉਣ ਦੇ ਯਤਨ ਦੇ ਤਹਿਤ ਨਿੱਜੀ ਖੇਤਰ ਦਾ ਐਚਡੀਐਫਸੀ ਬੈਂਕ ਵੱਲੋਂ ਵਿੱਤੀ ਸਾਲ ਦੇ ਅੰਤ ਤੱਕ ਆਪਣੇ ਬੈਂਕ ਦੋਸਤਾਂ ਦੀ ਗਿਣਤੀ 25000 ਕਰਨ ਦੀ ਯੋਜਨਾ ਬਣਾ ਰਿਹਾ ਬੈਂਕ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਿਲਹਾਲ ਬੈਂਕ ਦੋਸਤਾਂ ਦੀ ਗਿਣਤੀ 11000 ਹੈ ਇਸ ਨੂੰ 25000 ਦੇ ਤੱਕ ਲੈ ਕੇ ਜਾਇਆ ਜਾਵੇਗਾ ਬੈਂਕ ਨੇ ਦੇਸ਼ ਦੇ ਦੂਰ ਦਰਾਡੇ ਹਿੱਸਿਆਂ ਤੱਕ ਇਸ ਦੀ ਪਹੁੰਚ ਵਧਾਉਣ ਲਈ ਸਾਲ 2018 ਵਿੱਚ ਭਾਰਤ ਸਰਕਾਰ ਦੀ CSC ਗਵਰਨਰਸ ਨਾਲ ਹੱਥ ਮਿਲਾਏ ਤੇ ਉਹਨਾਂ ਨੇ ਕਿਹਾ ਬੈਂਕ CSC ਨਾਲ ਜੁੜੇ ਪਿੰਡੂ ਪੱਧਰ ਦੇ ਉਦਮੀਆਂ ਤੋਂ ਬੈਂਕ ਮਿੱਤਰ ਨਿਯੁਕਤ ਕਰਦਾ ਹੈ। ਕਰੋਨਾ ਵੈਕਸੀਨ ਮਿਲਣ 'ਚ ਹੋਵੇਗੀ ਦੇਰੀ DCGI ਨੇ سیرਮ ਇੰਸਟੀਚੂਟ ਤੇ ਲਾਈ ਇਹ ਰੋਕ ਨਵੀਂ ਦਿੱਲੀ ਤੋਂ ਖਬਰ ਆ ਰਹੀ ਹੈ ਜੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਭਾਰਤੀ سیرਮ ਇੰਸਟੀਚੂਟ ਆਫ ਇੰਡੀਆ ਨੂੰ ਕਿਹਾ ਕਿ ਉਹ ਦਵਾਈ ਕੰਪਨੀ ਐਸਟਰਾਜਨੇਕਾ ਵੱਲੋਂ ਦੂਜੇ ਦੇਸ਼ਾਂ ਵਿੱਚ ਐਕਸਪੋਰਟ ਕਰੋਨਾ ਵੈਕਸੀਨ ਦੀ ਜਾਂਚ ਰੋਕੇ ਜਾਣ ਦੇ ਮੱਦੇਨਜ਼ਰ ਦੂਜੇ ਤੇ ਤੀਜੇ ਪੜਾਅ ਦੇ ਕਲੀਨਿਕ ਟਰਾਇਲ ਲੇ ਨਵੇਂ 19 ਦੁਵਾਰਾਂ ਦੀ ਭਰਤੀ ਅਗਲੇ ਹਦੇਸ਼ਾਂ ਤੱਕ ਰੋਕ ਦੇਣਾ ਦਰਅਸਲ ਕੰਟਰੋਲਰ ਜਨਰਲ ਆਫ ਵੀਜੀ ਸੋਮਾਨੀ ਨੇ ਸ਼ੁੱਕਰਵਾਰ ਨੂੰ ਸ੍ਰੀਮੇ ਇੰਸਟੀਚਿਊਟ ਆਫ ਇੰਡੀਆ ਨੂੰ ਇਹ ਵੀ ਕਿਹਾ ਹੈ ਕਿ ਪ੍ਰੀਖਣ ਦੌਰਾਨ ਹੁਣ ਤੱਕ ਵੈਕਸੀਨ ਲਗਵਾ ਚੁੱਕੇ ਲੋਕਾਂ ਦੀ ਸੁਰੱਖਿਆ ਨਿਗਰਾਨੀ ਵਧਾਈ ਜਾਵੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਆਪਣੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਅਰਦਾਸ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਥਾਪਨਾ ਦਿਵਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ ਗਿਆ ਇਸ ਮੌਕੇ ਭਾਈ ਮਨਜੀਤ ਸਿੰਘ ਪੌਂਬਾ ਸ਼ਰਮਜੀਤ ਸਿੰਘ ਜੰਮੂ ਦੇ ਸਮੇਤ ਫੈਡਰੇਸ਼ਨ ਪੌਂਬਾ ਦੇ ਕਈ ਮੈਂਬਰ ਹਾਜ਼ਰ ਸਨ ਹਫਤੇ ਦੇ ਅੰਤਮ ਦਿਨ ਪਾਵਰ ਨਿਗਮ ਨੂੰ 3 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਹੋਈ ਅਦਾਇਗੀ ਹਫਤੇ ਦੇ ਅੰਤਮ ਦਿਨ ਪਾਵਰ ਨਿਗਮ ਨੂੰ 3 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਹੋਈ ਜਿਸ ਨਾਲ ਮਹਿਕਮੇ ਨੂੰ ਵੱਡੀ ਰਾਹਤ ਮਿਲੀ ਹੈ ਹੁਣ ਸੋਮਵਾਰ ਨੂੰ ਪਾਵਰ ਨਿਗਮ ਦੇ ਕੈਸ਼ ਕਾਊਂਟਰ ਖੁੱਲਣਗੇ ਉਦੋਂ ਤੱਕ ਬਿੱਲਾਂ ਦੀ ਨਕਦ ਅਦਾਇਗੀ ਨਹੀਂ ਹੋ ਸਕੇਗੀ ਛੁੱਟੀ ਦੇ ਇਹਨਾਂ ਦਿਨਾਂ 'ਚ ਖਪਤਕਰ ਆਪਣੇ ਬਿੱਲ ਦਾ ਭੁਗਤਾਨ ਕਰਨਾ ਚਾਹੁੰਦੇ ਹਨ ਤਾਂ ਉਹ ਆਨਲਾਈਨ ਬਦਲ ਦਾ ਇਸਤੇਮਾਲ ਕਰ ਸਕਦੇ ਹਨ ਸਿੱਖਾਂ ਨੂੰ ਅਮਰੀਕਾ ਚ 2020 ਦੀ ਜਨਗਣਨਾ ਵਿੱਚ ਪਹਿਲੀ ਵਾਰ ਇੱਕ ਵੱਖ ਸਮੂਹ ਵਜੋਂ ਗਿਣਿਆ ਜਾਵੇਗਾ ਅਮਰੀਕਾ ਚ ਸਿੱਖਾਂ ਨੂੰ 2020 ਦੀ ਜਨਗਣਨਾ ਵਿੱਚ ਪਹਿਲੀ ਵਾਰ ਇੱਕ ਵੱਖ ਸਮੂਹ ਵਜੋਂ ਗਿਣਿਆ ਜਾਵੇਗਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਮੁਤਾਬਕ ਜਾਰੀ ਜਨਗਣਨਾ ਚ ਸਿੱਖਾਂ ਨੂੰ ਏਸ਼ੀਆਈਆਂ ਭਾਰਤੀ ਵਜੋਂ ਨਹੀਂ ਗਿਣਾ ਜਾਵੇਗਾ ਜਨਗਣਨਾ ਬਿਊਰੋ ਦੇ ਅਧਿਕਾਰੀ ਨੇ ਕਿਹਾ ਕਿ ਕਾਨੂੰਨੀ ਪਾਬੰਦੀ ਕਾਰਨ ਸਿੱਖਾਂ ਨੂੰ ਇੱਕ ਸੱਭਿਆਚਾਰਕ ਜਾਂ ਇੱਕ ਧਾਰਮਿਕ ਜਾਦਵਜੋ ਲੈਣਗੇ ਸਿੱਖੀ ਜਨਗਣਨਾ ਫਾਰਮ ਵਿੱਚ ਇੱਕ ਵਰਗ ਨੂੰ ਨਹੀਂ ਹੋਵੇਗੀ ਤੇ ਅਮਰੀਕੀ ਨਾਗਰਿਕਾਂ ਲਈ ਇਸ ਨੂੰ ਕਾਨੂੰਨੀ ਤੌਰ ਤੇ ਭਰਨਾ ਲਾਜ਼ਮੀ ਹੋਵੇਗਾ। ਸਾਬਕਾ ਡੀਜੀਪੀ ਸੈਣੀ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ ਬਹੁਤ ਚਰਚਿਤ ਬਲਵੰਤ ਸਿੰਘ ਮਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ 'ਚ ਪੰਜਾਬ ਦੇ ਸਾਬਕਾ ਡੀਜੀਪੀ ਸਮੇਤ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਉੱਥੇ ਉਹਨਾਂ ਦੇ ਵਕੀਲ ਵੱਲੋਂ ਲਾਈ ਗਈ ਪਟੀਸ਼ਨ ਕੁਝ ਦਸਤਾਵੇਜ਼ਾਂ ਦੀ ਕਮੀ ਦੇ ਕਾਰਨ ਰਹਿ ਗਈ ਸੀ ਇਸ ਕਾਰਨ ਉਹਨਾਂ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਆਬਜੈਕਸ਼ਨ ਲਾ ਦਿੱਤੀ ਜਿਸ ਕਾਰਨ ਉਹਨਾਂ ਨੂੰ ਦੁਬਾਰਾ ਪਟੀਸ਼ਨ ਧਾਰਨ ਕਰਨੀ ਪਵੇਗੀ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਰਦ ਸੋਮਵਾਰ ਨੂੰ ਹੀ ਸੈਨੀ ਦੀ ਪਟੀਸ਼ਨ ਲੱਗੇਗੀ ਅਜਿਹੇ ਚ ਪੰਜਾਬ ਪੁਲਿਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਹੋਰ ਸਮਾਂ ਮਿਲ ਗਿਆ ਹੈ ਬ੍ਰਿਟੇਨ ਵਿੱਚ ਲਾਗੂ ਹੋਏਗਾ ਰੂਲ ਆਫ 6 ਉਲੰਘਣਾ ਕਰਨ ਤੇ 8700 ਰੁਪਏ ਦਾ ਜੁਰਮਾਨਾ ਬ੍ਰਿਟੇਨ ਦੇ ਵਿੱਚ ਸੋਮਵਾਰ ਤੋਂ 14 ਸਤੰਬਰ ਤੋਂ ਛੇ ਨਿਯਮ ਲਾਗੂ ਹੋਣ ਜਾ ਰਿਹਾ ਜੀ ਨਵਾਂ ਨਿਯਮ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਲਾਇਆ ਗਿਆ ਜਿਸ ਦੇ ਤਹਿਤ 6 ਤੋਂ ਵੱਧ ਸਮੂਹਿਕ ਰੂਪ ਵਿੱਚ ਇਕੱਠੇ ਲੋਕ ਨਹੀਂ ਹੋਣਗੇ ਤੇ ਪ੍ਰਧਾਨ ਮੰਤਰੀ ਬੌਰੀਸ ਜੌਨਸਨ ਨੇ ਇਸ ਨਿਯਮ ਦਾ ਐਲਾਨ ਕੀਤਾ ਮ੍ਰਿਤਕ ਮਾਂ ਦਾ ਸਦਮਾ ਨਾ ਸਹਾਰ ਸਕਿਆ ਪੁੱਤ ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕਾਰ ਬੈਠਾ ਇਹ ਕਾਰਾ ਕੁਝ ਦਿਨ ਪਹਿਲਾਂ ਅਕਾਲ ਚਲਾਨਾ ਕਰ ਗਈ ਮਾ ਦੀ ਅਸਤੀਆਂ ਜਲ ਪ੍ਰਵਾਹ ਕਰਨਾ ਇਹ ਨੌਜਵਾਨ ਪੁੱਤਰ ਨੇ ਸਦਮੇ ਨੂੰ ਨਾ ਸਹਾਰਿਆ Rajasthan ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਥਾਣਾ ਮਖੂ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਮੋਗਾ ਦੇ ਵਾਰਡ ਨੰਬਰ 48 ਵਾਸੀ ਸ਼ਿਵ ਕੁਮਾਰ ਦੀ ਪਤਨੀ ਹੁਸ਼ਾ ਦੇਵੀ ਦੀ ਮੌਤ ਹੋ ਗਈ ਜਿਸ ਦੇ ਫੁੱਲ ਜਲ ਪ੍ਰਵਾਹ ਕਰਨ ਲਈ ਉਹ ਮਾਕੂ ਨੇੜੇ ਉਹ ਨੰਗ ਦੀਆਂ ਵੱਡੀਆਂ ਨਹਿਰਾਂ ਦਾ ਹੈ ਜਦ ਇਸ ਦੌਰਾਨ ਮਰਹੂਮ ਮਾਤਾ ਦੇ 35 ਸਾਲਾ ਪੁੱਤਰ ਮਨਜੀਤ ਕੁਮਾਰ ਨੇ ਅਸਥੀਆਂ ਜਲ ਪ੍ਰਵਾਹ ਕਰਦਿਆਂ ਖੁਦ ਵੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਪੰਜਾਬ ਦੇ ਸਾਰੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਲਈ 38 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘਲਾ ਦੀ ਅਗਵਾਈ ਚ ਚਲਾਈ ਜਾ ਰਹੀ ਸਿੱਖਿਆ ਸੁਧਾਰ ਮੁਹਿੰਮ ਦੇ ਤਹਿਤ 15515 ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਦੇ ਕਰਨ ਦੇ ਲਈ 3800 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਮਾਫ ਕਰਨਾ 38 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਇਹ ਰਾਸ਼ੀ ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਪਾਰਦਰਸ਼ੀ ਢੰਗ ਦੇ ਨਾਲ ਖਰੀਦੀ ਖਰਚੀ ਜਾਵੇਗੀ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ